ਤੁਹਾਨੂੰ ਬਿਠਾ ਕੇ ਉਲਟਾ ਡਾਂਟੇ, ਤੇਰੀ ਮਾਂ ਦੇ ਡੰਡੇ ਪਵਾਣੇ, ਤੇਰੇ ਵੀ ਡੰਡੇ ਪਵਾਵਾਂਗੇ। ਸਰਾਭਾ ਨਗਰ ਦੀ ਪੁਲਿਸ ਦੇ ਅੰਦਰ ਬੈਠੇ ਉਹ ਕੋਈ ਮੁਨਸ਼ੀ ਜਾ, ਇੰਨਾ ਇੰਨਾ ਸਾਨੂੰ ਡਰਾਵਾ ਪਾਉਂਦੇ, ਬੁਲਾ ਲੇਡੀ ਪੁਲਿਸ, ਇਹਨਾਂ ਦੋਨਾਂ ਮਾਮਾ ਦੇ ਡੰਡੇ ਪਾਓ, ਹੁਣ ਇਹਨਾਂ ਨੂੰ ਪਤਾ ਚੱਲੂਗਾ। ਮੈਰਿਜ ਹੁੰਦੀ ਮਤਲਬ ਕਿ ਪਤਾ ਚੱਲ ਗਿਆ ਕਿ ਉਹ ਸਹੀ ਬੰਦੇ ਨਹੀਂ ਹੈ, ਉਹ ਕੁੜੀਆਂ ਸਪਲਾਈ ਦਾ ਧੰਦਾ ਕਰਦੇ। ਤੁਹਾਨੂੰ ਪਤਾ ਦਾਦੀ ਕੀ ਕੰਮ? ਹਾਂਜੀ ਹਾਂਜੀ, ਉੱਥੇ ਉਹ ਕੁੜੀਆਂ ਸਪਲਾਈ ਦੇ ਧੰਦੇ ਹੈ, ਔਰ ਖੁਦ ਵੀ ਆਪਣੀ ਬੇਟੀ ਕੋਲ, ਉਹ ਜੋ ਵੱਡੀ ਨੂੰਹ ਦੱਸਦੀ ਉਹਦੀ ਭਤੀਜੀ, ਉਹਦੇ ਕੋਲ ਵੀ ਇਹੀ ਕੰਮ ਕਰਵਾ ਰਹੀ ਹੈ। ਜਿਸ ਤਰ੍ਹਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਕੁੜੀ ਦਾ ਵਿਆਹ ਹੋਇਆ, ਉਸ ਤੋਂ ਬਾਅਦ ਇੱਕੋ ਦਮ ਉਹਨੂੰ ਤੰਗ ਕਰਨ ਲੱਗ ਗਏ, ਰੋਟੀ ਨਹੀਂ ਦਿੰਦੇ ਸੀ, ਇਹ ਇੱਕ ਪੱਖ ਦੇ ਇਲਜ਼ਾਮ ਨੇ। ਸਵਾਲ ਇਹ ਖੜਾ ਹੁੰਦਾ ਹੈ ਕਿ ਕੋਈ ਪਰਿਵਾਰ ਜਿਹਨੇ ਚਾਵਾਂ ਨਾਲ ਕੁੜੀ ਨੂੰ ਵਿਆਹ ਕੇ ਲੈ ਕੇ ਜਾ ਰਿਹਾ ਹੈ, ਉਹ ਕਿਉਂ ਅਜਿਹਾ ਸਲੂਕ ਕਰੇ? ਮੇਰੇ ਪਿੱਛੇ ਬੰਦੇ ਮਗਰ ਲਾਏ ਜਾਂਦੇ ਸੀਗੇ, ਉਹ ਮੈਨੂੰ ਬਾਅਦ 'ਚੋਂ ਪਤਾ ਲੱਗੇ ਕਿ ਮੇਰੀ ਦਾਦੀ ਇਹ ਸਭ ਕਰਵਾ ਰਹੀ ਹੈ, ਮਗਰ ਲਾਏ ਜਾਂਦੇ ਬੰਦੇ, ਇਸ ਕਰਕੇ ਮੇਰਾ ਕੁਛ ਗਲਤ ਹਰਕਤ ਨਾ ਹੋ ਜਾਵੇ, ਇਸ ਕਰਕੇ ਮੇਰਾ ਵਿਆਹ ਛੇਤੀ ਕਰ ਦਿੱਤਾ ਗਿਆ। ਸਾਰਾ ਕੁਛ ਨਨਾਨਾ ਨੂੰ ਦੇਈ ਗਈ, ਪੈਸੇ ਕਮਾ ਕਮਾ ਕੇ ਉਦੋਂ ਤੱਕ ਠੀਕ ਰਿਹਾ, ਜਦ ਕਮਾਉਣਾ ਹਟ ਗਈ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕਿਹਾ ਵੀ ਤੂੰ ਸਾਰੇ ਪੈਸੇ ਸਾਨੂੰ ਲਿਆ ਕੇ ਦੇ ਦੇ, ਅਤੇ ਤੂੰ ਸਾਡੀ ਗੱਲ ਮੰਨ ਇੱਕ। ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਇਹੋ ਜਿਹੀ ਗੱਲ ਹੈ ਜਿਹੜੀ ਮੰਨਾਂ ਮੈਂ ਤੁਹਾਡੀ, ਨਹੀਂ ਤੂੰ ਸਾਡੀ ਕਹਿਣਾ ਨਹੀਂ ਮੰਨਦੀ, ਸਾਡੇ ਕਹਿਣੇ 'ਚ ਰਹੇਂਗੀ, ਚੰਗੀ ਰਹੇਂਗੀ। ਪੈਸਾ ਬਹੁਤ ਅੱਜ ਕੱਲ੍ਹ ਕਮਾਉਣ ਦਾ ਹੋਰ ਵੀ ਤਰੀਕਾ ਹੁੰਦਾ, ਜਿਸ ਤਰੀਕੇ ਨਾਲ ਤੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੋਏਗਾ, ਸੁਖੀ ਵੀ ਰਹੇਂਗੀ, ਸਾਡੀ ਕਹਿਣਾ ਮੰਨ ਲੈ ਇੱਕ ਵਾਰ, ਮਾਂ ਨੂੰ ਛੱਡ ਦੇ, ਮਾਂ ਦਾ ਪਿੱਛਾ ਛੱਡ ਕੇ। ਇੱਦਾਂ ਕਿਉਂ ਕਹਿੰਦੇ ਸੀ ਕਿ ਮਾਂ ਘਰ ਖਰਾਬ ਕਰ ਰਹੀ? ਕਿਉਂਕਿ ਇਹ ਤੈਨੂੰ ਰੋਕ ਰਹੀ ਹੈ ਇਹਨਾਂ ਚੀਜ਼ਾਂ ਤੋਂ, ਬੱਚੇ ਨੂੰ ਲੋਕਾਂ ਤੋਂ ਮੰਗ ਮੰਗ ਕੇ ਪਾਲ ਪਏ। ਉਹ ਭਾਈ ਸੀਗਾ ਅਬੂਟਰ ਨਾਮ ਉਹਨਾਂ ਦਾ, ਉਹ ਭਾਜੀ ਕਹਿੰਦੇ ਜੇ ਫਿਰ ਕੀ, ਜੇ ਕੁੱਤਿਆਂ ਨੂੰ ਮੈਂ ਦੁੱਧ ਰੋੜਦਾ ਇੰਨਾ, ਤੇਰੇ ਬੱਚੇ ਨੂੰ ਅਸੀਂ ਦੇ ਦਾਂਗੇ, ਫਿਰ ਕੀ ਹੋ ਗਿਆ, ਤੇਰੇ ਜਵਾਕ ਵੀ ਦੁੱਧ ਪੀ ਲਓ। ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਹੀ ਦੁੱਧ ਵੀ ਛੁਡਵਾ ਤਾ। ਕੋਈ ਕਾਰਵਾਈ ਨਹੀਂ ਪੁਲਿਸ ਕਰਦੀ, ਕਹਿੰਦੇ ਵੂਮਨ ਸੈਲ ਚਲੇ ਜਾਓ, ਉੱਥੇ ਜਾ ਕੇ ਹੋਏਗਾ ਜੋ। ਬੜੇ ਸ਼ਰਮ ਦੀ ਗੱਲ ਹੈ ਕਿ ਅਸੀਂ ਇੱਕ ਅਜਿਹੇ ਸਮਾਜ ਦਾ ਹਿੱਸਾ ਹਾਂ ਜਿੱਥੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ ਨੇ, ਔਰਤ ਨੂੰ ਸਨਮਾਨ ਦਿਓ, ਜਾਨਵਰ ਨੂੰ ਨਾ ਮਾਰੋ, ਹਰ ਇਨਸਾਨ ਨੂੰ ਜਿਹੜੀ ਹੈ ਇਕੁਐਲਿਟੀ ਦੇ ਨਾਲ ਉਹਨੂੰ ਟ੍ਰੀਟ ਕਰੋ, ਇੱਜ਼ਤ ਹਰ ਇਨਸਾਨ ਡਿਜ਼ਰਵ ਕਰਦਾ ਹੈ। ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹਰ ਇਨਸਾਨ ਤੋਂ ਕੀਤੀਆਂ ਜਾਂਦੀਆਂ ਨੇ, ਪਰ ਅਸਲੀਅਤ ਕੀ ਹੈ? ਕਿਉਂ ਸ਼ਰਮ ਆਉਂਦੀ ਆਪਣੇ ਆਪ ਨੂੰ ਇਸ ਸਮਾਜ ਦਾ ਹਿੱਸਾ ਕਹਿੰਦੇ ਹੋਏ? ਇੱਕ ਅਜਿਹਾ ਦੋਗਲਾ ਸਮਾਜ ਜਿਹੜਾ ਮੱਝ ਤੋਂ ਕੱਟਾ ਅਤੇ ਔਰਤ ਤੋਂ ਸਿਰਫ ਬੱਚਾ ਪਾਲਦਾ, ਅਤੇ ਜੇ ਉਹ ਨਾ ਦੇਵੇ ਤਾਂ ਉਸਨੂੰ ਛੱਡ ਦਿੱਤਾ ਜਾਂਦਾ। ਸਮਾਜ ਦਾ ਆਇਨਾ ਦਿਖਾਉਂਦੀ ਇੱਕ ਹੋਰ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕਿਹਾ ਜਾਂਦਾ ਕਿ ਯਾਰ ਔਰਤ ਨੂੰ ਬਰਾਬਰ ਦਾ ਸਨਮਾਨ ਮਿਲ ਰਿਹਾ, ਹੱਕ ਮਿਲ ਰਿਹਾ, ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਇਹਨਾਂ ਤੋਂ ਜਾਣ ਲੈਂਦੇ ਹਾਂ। ਕੀ ਹੋਇਆ ਤੁਹਾਡੇ ਨਾਲ? ਮੇਰੀ ਮੈਰਿਜ ਹੋਈ ਸੀ 4 December 1994 ਨੂੰ, ਅਤੇ ਉਸ ਤੋਂ ਬਾਅਦ ਮੈਨੂੰ ਜਾਂਦੇ ਹੀ ਮੈਰਿਜ ਹੁੰਦੇ ਹੀ ਮਤਲਬ ਕਿ ਪਤਾ ਚੱਲ ਗਿਆ ਕਿ ਉਹ ਸਹੀ ਬੰਦੇ ਨਹੀਂ ਹੈ, ਉਹ ਕੁੜੀਆਂ ਸਪਲਾਈ ਦਾ ਧੰਦਾ ਕਰਦੇ। ਉਹਨਾਂ ਦੇ ਘਰ ਦਾ ਵੀ ਇੰਨਾ ਮਾਹੌਲ ਗੰਦਾ ਸੀ, ਜਿਹਦੀ ਉਹਨੂੰ ਵੱਡੀ ਨੂੰ ਕਹਿੰਦੇ ਸੀ, ਉਹ ਮੇਰੇ ਹਸਬੈਂਡ ਨਾਲ ਵੀ ਰਹਿੰਦੀ ਸੀ, ਉਹਨਾਂ ਦਾ ਜਿਹੜਾ ਦਿਮਾਗ ਸੀ ਉਹਦੇ ਨਾਲ ਵੀ ਰਹਿੰਦੀ ਸੀ। ਮੈਨੂੰ ਵੀ ਇੱਦਾਂ ਘਰ ਵਿੱਚ ਕਰਨ ਲਈ ਉਹਨਾਂ ਨੇ ਕਿਹਾ, ਪਰ ਮੈਂ ਨਾ ਮੰਨੀ। ਜਦੋਂ ਮੈਰਿਜ ਤੋਂ ਬਾਅਦ ਮੇਰੇ ਜਨਵਰੀ 2 ਦਾ ਦਿਨ ਚੜ੍ਹੇ, ਅਤੇ ਉਹਨਾਂ ਨੇ ਮੈਨੂੰ ਦੁੱਧ 'ਚ ਪਾ ਕੇ ਕੁਛ ਦਿੱਤਾ ਕਿ ਵੀ ਬੱਚਾ ਨਹੀਂ ਤੇਰੇ ਹੋਣ ਦੇਣਾ ਹੈਗਾ, ਅਤੇ ਦੁਬਾਰਾ ਤੋਂ ਫਿਰ ਮੈਂ ਪ੍ਰੈਗਨੈਂਟ ਹੋ ਗਈ, ਅਤੇ ਫਿਰ ਮੇਰੇ ਪੇਰੈਂਟਸ ਮੈਨੂੰ ਲੈ ਗਏ। ਤਾਂ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਪੇਰੈਂਟਸ ਬਹੁਤ ਜ਼ਿਆਦਾ ਤੰਗ ਕੀਤਾ ਕਿ ਕੁੜੀ ਨੂੰ ਤੁਸੀਂ ਭੇਜੋ, ਬਹੁਤ ਉਹਨਾਂ 'ਤੇ ਉਲਟੇ ਸਿੱਧੇ ਬਲੇਮ ਲਾਏ। ਮੇਰੇ ਪੇਰੈਂਟਸ ਨੇ ਤਾਂ ਮੈਨੂੰ ਛੁਡਾ ਲਿਆ ਉਸ ਤੋਂ, ਉਹ ਗੰਦੇ ਕੰਮਾਂ ਤੋਂ। ਅਤੇ ਉਸ ਤੋਂ ਬਾਅਦ ਮੇਰੀ ਬੇਟੀ ਸੀ ਮੇਰੀ, ਜੋ ਅਸੀਂ ਆਪਣੇ ਕੋਲ ਹੀ ਰੱਖੀ ਵੀ ਅਸੀਂ ਇਹਨਾਂ ਨੂੰ ਨਹੀਂ ਦੇਣਾ ਚਾਹੁੰਦੇ ਇਹ ਬੇਟੀ, ਕਿ ਇਹਦੇ ਨਾਲ ਵੀ ਇੱਦਾਂ ਦਾ ਸਲੂਕ ਕਰਨਗੇ। ਤਾਂ ਕੁਛ ਸਮੇਂ ਬਾਅਦ ਮੈਂ ਆਪਣੇ ਪੇਰੈਂਟਸ ਕੋਲ ਰਹਿੰਦੀ ਰਹੀ, ਅਤੇ ਉਹਨਾਂ ਦੀ ਮੇਰੇ ਮਾਤਾ ਪਿਤਾ ਦੀ ਡੈਥ ਹੋ ਗਈ,
ਕਿਉਂਕਿ ਉਦੋਂ ਮੇਰੀ ਬੇਬੀ 4 ਸਾਲ ਦੀ ਹੋਈ ਸੀਗੀ। ਅਸੀਂ ਰਹਿਣ 'ਤੇ ਰਹਿਣਾ ਸ਼ੁਰੂ ਕਰਤਾ। ਉਦੋਂ ਵੀ ਮੇਰੀ ਕੁਆਰੀ ਹੁੰਦੀ ਕੁੜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਰਿਹਾ। ਉਹ ਆ ਕੇ ਇਹਦੀ ਦਾਦੀ ਸੀ, ਮੰਗਦੀ ਰਹੀ ਵੀ ਕੁੜੀ ਨੂੰ ਦੇ ਦਿਉ। ਕੁਛ ਸਮੇਂ ਬਾਅਦ ਇਹਨਾਂ ਤੰਗ ਆ ਕੇ ਮੈਂ ਆਪਣੀ ਕੁੜੀ ਦੀ ਮੈਰਿਜ ਕਰਤੀ। ਉਸ ਤੋਂ ਬਾਅਦ ਮੇਰੀ ਕੁੜੀ ਨੂੰ ਇੰਨਾ ਤੰਗ ਕਰਦੀ ਆ ਉਹਦੀਆਂ ਨੰਦਾ, ਉਹਦਾ ਹਸਬੈਂਡ, ਮੇਰੀ ਕੁੜੀ ਨੂੰ ਬਹੁਤ ਇੰਨਾ। ਮੇਰਾ ਬੁਰਾ ਹਾਲ ਨਹੀਂ ਹੋਇਆ ਸੀ ਕਿਉਂਕਿ ਮੇਰੇ ਪੇਰੈਂਟਸ ਸੀ, ਮੈਂ ਇਕੱਲੀ ਲੇਡੀ ਹਾਂ, ਮੇਰੀ ਕੋਈ ਸੁਣਾਈ ਨਹੀਂ ਹੁੰਦੀ ਵੀ ਕਿਤੇ ਵੀ ਮੇਰੀ ਬੇਟੀ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾਂਦਾ। ਉਹਦੀ ਦਾਦੀ ਹੁਣ ਸਰੇਆਮ ਆ ਰਹੀ ਹੈਗੀ ਕਿ ਮੇਰੇ ਕੋਲ ਆ ਜਾ, ਮੈਂ ਤੇਰੀ ਮੈਰਿਜ ਦੂਸਰੀ ਕਰਕੇ ਤੈਨੂੰ ਫੋਰਨ ਭੇਜ ਦੇਊਂਗੀ। ਇਹਦੇ ਵਿੱਚ ਤੇਰੀ ਨੰਦਾ ਵੀ ਕਹਿ ਰਹੀ, ਜਾ ਤੂੰ ਉਹਦੇ ਕੋਲ, ਉਹਦਾ ਹਸਬੈਂਡ ਵੀ ਇਹੀ ਕਹਿ ਰਿਹਾ। ਅਤੇ ਉਹਦੇ ਉਹਨੂੰ ਇੰਨੀ ਮਾਰ ਕੁਟਾਈ ਕੀਤੀ ਜਾਂਦੀ ਉਹਦੇ ਬੱਚੇ ਨਾਲ ਵੀ, ਅਸੀਂ ਜਗ੍ਹਾ ਜਗ੍ਹਾ ਘੁੰਮਦੇ ਪਏ, ਨਾ ਹੀ ਸਾਨੂੰ ਕਿਤੇ ਰੈਂਟ 'ਤੇ ਰਹਿਣ ਦਿੱਤਾ ਜਾਂਦਾ। ਇੰਨੀ ਮੇਰੇ ਸਾਹਮਣੇ ਕੁੜੀ ਦੀ ਮਾਰ ਕੁਟਾਈ ਕੀਤੀ ਜਾਂਦੀ, ਮੈਨੂੰ ਵੀ ਕੁੱਟਿਆ ਜਾਂਦਾ, ਤੂੰ ਲਿਖ ਕੇ ਦੇ ਦੇ ਵੀ ਕੁੜੀ ਨਾਲ ਮੇਰਾ ਕੋਈ ਸੰਬੰਧ ਨਹੀਂ, ਨਹੀਂ ਅਸੀਂ ਮੰਨ ਰਹੇ, ਨਾ ਸਾਨੂੰ ਕਿਤੇ ਕਮਾਨ ਦਿੱਤਾ ਜਾਂਦਾ, ਨਾ ਮੇਰੀ ਬੇਬੀ। ਸਾਲਾਂ ਬਾਅਦ ਕੁੜੀ ਨੂੰ ਕਿਉਂ ਮੰਗ ਰਹੇ ਨੇ? ਕਿਉਂ ਕੁੜੀ ਨੂੰ ਚਾਹੁੰਦੇ ਨੇ ਕਿ ਕੁੜੀ ਉਹਨਾਂ ਕੋਲ ਆ ਕੇ ਰਵੇ, ਤੁਸੀਂ ਕੁੜੀ ਤੋਂ ਵੱਖ ਹੋ ਜਾਓ? ਇੰਨੇ ਸਾਲਾਂ ਬਾਅਦ ਕਿਉਂ ਯਾਦ ਆਈ? ਉਹ ਇੰਨੇ ਸਾਲਾਂ ਬਾਅਦ ਇਹ ਕਹਿ ਰਹੇ ਵੀ ਉਹਨਾਂ ਦਾ ਕੁੜੀ ਸਪਲਾਈ ਦਾ ਧੰਦਾ ਸੀ। ਉਸ ਵੇਲੇ ਤਾਂ ਮੇਰੇ ਪੇਰੈਂਟਸ ਸੀ ਮੇਰੇ ਨਾਲ, ਕੁਛ ਨਹੀਂ ਵਿਗਾੜ ਸਕੇ, ਮੇਰੇ ਪੇਰੈਂਟਸ ਨਹੀਂ ਦੇਣਾ ਚਾਹੁੰਦੇ ਸੀ ਮੇਰੇ। ਉਸ ਤੋਂ ਬਾਅਦ ਮੇਰੇ ਭਰਾਵਾਂ ਨੇ ਜਦੋਂ ਸਾਨੂੰ ਰੈਂਟ 'ਤੇ ਕਰਤਾ, ਉਸ ਤੋਂ ਬਾਅਦ ਸਾਡਾ ਕੋਈ ਸਹਾਰਾ ਨਹੀਂ ਰਿਹਾ। ਤਾਂ ਉਹ ਸਰੇਆਮ ਆ ਰਹੀ ਹੈ, ਕਿਰਾਏ 'ਤੇ ਵੀ ਸਾਨੂੰ ਤੰਗ ਕਰਵਾਉਂਦੀ ਹੈ। ਕੌਣ ਆ ਰਹੀ? ਇਹਦੀ ਦਾਦੀ, ਤੁਹਾਡੀ ਸੱਸ? ਹਾਂਜੀ, ਮੇਰੀ ਸੱਸ ਆ ਰਹੀ ਹੈ, ਸਰੇਆਮ ਕਹਿ ਰਹੀ ਹੈ। ਉਹਦੇ ਸਹੁਰੇ ਉਸ ਤੋਂ ਬਾਅਦ ਆਈ ਹੈ ਜਦੋਂ ਮੇਰੀ ਕੁੜੀ ਦੀ ਮੈਰਿਜ ਹੋਈ ਹੈ, ਉਹਦੇ ਸਹੁਰੇ ਪਰਿਵਾਰ 'ਚ ਆਈ ਹੈ, ਉਹਦਾ ਹਸਬੈਂਡ ਖੁਦ ਲੈ ਕੇ ਆ ਰਿਹਾ ਉਹਨੂੰ। ਔਰ ਮੇਰੀ ਕੁੜੀ ਨੂੰ ਜਦੋਂ ਮਾਰਦੇ ਕੁੱਟਦੇ ਹੁੰਦੇ ਆ, ਤਾਂ ਪੁਲਿਸ ਵੀ ਸਰਾਭਾ ਨਗਰ ਦੀ 100 ਨੰਬਰ 'ਤੇ ਬੁਲਾਈ ਵੀ ਇੱਦਾਂ ਇੱਦਾਂ, ਖੁਦ ਪੁਲਿਸ ਹੀ ਕਹਿ ਰਹੀ ਹੈਗੀ ਵੀ ਆਪਣੀ ਜੇ ਆਪਣੀ ਕੁੜੀ ਦੇ ਤੁਸੀਂ ਸੁੱਖੀ ਚਾਹੁੰਦੇ ਤਾਂ ਇਹਨੂੰ ਦਾਦੀ ਨੂੰ ਦੇ ਦੇ। ਮੈਂ ਉਹਨਾਂ ਨੂੰ ਵੀ ਕਿਹਾ ਤਾਂ ਕੁੜੀ ਸਪਲਾਈ ਦਿੰਦੇ, ਮੇਰੀ ਕਿਉਂ ਕੁੜੀ ਜਾਏਗੀ ਇਹਨਾਂ ਕੋਲ, ਕਿਉਂ ਜਾਏਗੀ ਮੇਰੀ ਬੇਟੀ, ਤਾਂ ਖੁਦ ਕਮਾ ਕੇ ਖਾਣ ਵਾਲੀ ਹੈ। ਤਾਂ ਫਿਰ ਵੀ ਨਹੀਂ ਉਹ ਮੰਨਦੀ ਹੈਗੀ, ਉਹ ਬਸ ਤੁਹਾਨੂੰ ਪਰੇਸ਼ਾਨ ਬਹੁਤ ਜ਼ਿਆਦਾ, ਦੁਖੀ ਕਰਦੀ ਬਹੁਤ ਜ਼ਿਆਦਾ ਵੀ ਚਲੋ ਤੁਸੀਂ ਭੁੱਖੀਆਂ ਰਹੋਗੀਆਂ ਨਾ, ਤੁਹਾਨੂੰ ਕਿਤੇ ਜਗ੍ਹਾ ਨਹੀਂ ਮਿਲੂਗੀ, ਸੜਕਾਂ ਤਾਂ ਮੇਰੇ ਕੋਲ ਆਉਂਗੇ। ਅਸੀਂ ਕਦੀ ਨਹੀਂ ਗਏ ਸੀ ਗੁਰਦੁਆਰੇ 'ਚ ਆਪਣਾ, ਮੈਂ ਆਪਣੀ ਬੇਟੀ ਦਾ 2 ਦਿਨ ਦਾ ਬੱਚਾ ਰਹਿ ਕੇ ਅਸੀਂ ਰਹੇ, ਫਿਰ ਅਸੀਂ ਕੰਮ ਕਰਕੇ ਆਪਣਾ ਕਿਤੇ ਵੀ ਕਿਰਾਏ 'ਤੇ ਮਕਾਨ ਲੈਂਦੇ ਹਾਂ। ਸਾਨੂੰ ਇੱਦਾਂ ਹੀ ਤੰਗ ਕੀਤਾ ਜਾਂਦਾ, ਹਸਬੈਂਡ ਆ ਕੇ ਇਹਨੂੰ ਜ਼ਬਰਦਸਤੀ ਲੈ ਕੇ ਜਾਂਦਾ ਹੈਗਾ, ਇੰਨਾ ਸਾਨੂੰ ਤੰਗ ਕੀਤਾ ਜਾਂਦਾ। ਹੁਣ ਵੀ ਮੇਰੀ ਬੇਟੀ ਜੋਬ ਕਰਕੇ ਸਾਰ ਰਹੀ ਸੀ, ਮੈਂ ਵੀ ਉਹਦਾ ਬੇਬੀ ਪਾਲਣ ਜਾ ਰਹੀ ਸੀ, ਫਿਰ ਵੀ ਉਹਨਾਂ ਨੇ ਮੇਰੀ ਕੁੜੀ ਨੂੰ ਜੋਬ ਤੋਂ ਉਠਾਇਆ, ਇਹੀ ਕਹੀ ਜਾ ਰਹੇ ਤੂੰ ਉਹਦੇ ਕੋਲ ਚਲੀ ਜਾ, ਜਾ ਤੇਰੀ ਮਾਂ ਦਾ ਵੀ ਬੁਰਾ ਹਾਲ ਹੋਇਆ, ਜੇ ਸਾਡਾ ਕਹਿਣਾ ਨਹੀਂ ਮੰਨੇਗੀ, ਜੋ ਤੇਰੀ ਮਾਂ ਨੇ ਨਹੀਂ ਮੰਨਿਆ ਤਾਂ ਤੇਰਾ ਵੀ ਉਹੀ ਹਾਲ ਹੋਏਗਾ। ਜੇ ਕੌਣ ਕਹਿੰਦਾ ਇੱਦਾਂ ਤੁਹਾਡੀ ਇਹ ਇਹਦੀਆਂ ਨੰਦਾ ਕਹਿ ਰਹੀ ਹੈ? ਕੁੜੀ ਦੀਆਂ ਨਨਾਣਾ ਕੁੜੀ ਨੰਦਾ ਰੀਮਾ ਨੀ ਕੀ ਜਾਂਦੀਆਂ ਨੇ ਕਿ ਕੁੜੀ ਤੁਹਾਡੀ ਆਪਣੀ ਦਾਦੀ ਕੋਲ ਵਾਪਸ ਚਲੀ ਜਾਏ? ਦਾਦੀ ਕੋਲ ਵਾਪਸ ਚਲੀ ਜਾਏ। ਤੁਹਾਨੂੰ ਪਤਾ ਦਾਦੀ ਕੀ ਕੰਮ ਕਰਦੀ? ਹਾਂਜੀ ਹਾਂਜੀ, ਉੱਥੇ ਉਹ ਕੁੜੀਆਂ ਸਪਲਾਈ ਦੇ ਧੰਦੇ ਹੈ, ਔਰ ਖੁਦ ਵੀ ਆਪਣੀ ਬੇਟੀ ਕੋਲ, ਉਹ ਜੋ ਵੱਡੀ ਨੂੰਹ ਦੱਸਦੀ ਉਹਦੀ ਭਤੀਜੀ, ਉਹਦੇ ਕੋਲ ਵੀ ਇਹੀ ਕੰਮ ਕਰਵਾ ਰਹੀ ਹੈ। ਤੁਸੀਂ ਸ਼ਿਕਾਇਤ ਕੀਤੀ ਹੈ, ਤੁਸੀਂ ਦੱਸਿਆ ਸੀ ਸ਼ਿਕਾਇਤ ਦਰਜ ਕਰਵਾਈ ਹੈ, ਸ਼ਿਕਾਇਤ ਵਿੱਚ ਤੁਸੀਂ ਦੱਸਿਆ ਕਿ ਦਾਦੀ ਕੀ ਕੰਮ ਕਰਦੀ ਹੈ, ਕਿਉਂ ਕੁੜੀ ਨੂੰ ਬੁਲਾ ਰਹੀ ਹੈ, ਕੀ ਕੀ ਜਵਾਬ ਹੈ ਪ੍ਰਸ਼ਾਸਨ? ਕੋਈ ਨਹੀਂ, ਕੁਛ ਨਹੀਂ ਸੁਣਿਆ ਉਹਨਾਂ ਨੇ, ਕਹਿੰਦੇ ਉਹ ਤਾਂ ਆ ਕੇ ਕਹਿ ਦਿੰਦੀ ਹੈ ਅਸਤਾ ਕੁਛ ਨਹੀਂ, ਇਹ ਤਾਂ ਸਾਡੀ ਪੋਤੀ ਹੈ, ਇੱਦਾਂ ਕੁਛ ਨਹੀਂ ਹੈਗਾ, ਬਸ ਇਹੀ ਕਹਿ ਕੇ ਕਰਕੇ ਸਾਡੇ ਸਾਹਮਣੇ ਕਦੀ ਨਹੀਂ ਪੁਲਿਸ ਨੇ ਉਹਨਾਂ ਨੂੰ ਬੁਲਾਇਆ। ਕੋਈ ਕੁੜੀ ਦੀ ਉਮਰ ਕੀ ਹੈ? ਹੁਣ ਮੇਰੀ ਕੁੜੀ ਦੀ ਉਮਰ 21 ਸਾਲ ਦੀ ਹੈ ਜੀ। ਕੁੜੀ 21 ਸਾਲ ਦੀ ਹੈ ਹਲੇ? ਵਿਆਹ ਕਿਸ ਉਮਰ 'ਚ? ਵਿਆਹ ਉਹਦਾ ਮੈਂ 19ਵਾਂ ਸਾਲ ਲੱਗਿਆ ਸੀ ਉਦੋਂ ਕਰਤਾ ਸੀ। ਅਤੇ ਇੱਕ ਬੱਚਾ ਵੀ ਹੈ? ਕਿੰਨੇ ਸਾਲ ਦਾ ਬੱਚਾ ਉਹਨਾਂ? ਬੱਚਾ 1 ਸਾਲ ਦਾ ਜੀ। ਤੁਸੀਂ ਕੁੜੀ ਦਾ ਵਿਆਹ ਕਰਨ ਤੋਂ ਪਹਿਲਾਂ ਦੇਖਿਆ ਪਾਲਿਆ ਨਹੀਂ, ਪਰਿਵਾਰ ਦੇਖਿਆ ਨਹੀਂ, ਕਿਹੋ ਜਿਹਾ ਕੋਈ ਇਨਕੁਆਇਰੀ ਜਾਂ ਫਿਰ ਕਿਸੇ ਤਰ੍ਹਾਂ ਦੀ ਜਾਂਚ ਪੜਤਾਲ ਨਹੀਂ? ਜਿਸ ਤਰ੍ਹਾਂ ਜਿੱਥੇ ਮੈਂ ਰੈਂਟ 'ਤੇ ਰਹਿ ਰਹੀ ਸੀ, ਜਿੱਦਾਂ ਉਹ ਵਿਚੋਲਨ ਨੇ ਕਿਹਾ ਵੀ ਕਰਦੇ ਤੈਨੂੰ ਰਿਸ਼ਤਾ ਆ ਰਿਹਾ, ਪਹਿਲਾ ਰਿਸ਼ਤਾ ਬਹੁਤ 'ਚ ਵਧੀਆ ਹੁੰਦਾ, ਉਹਨਾਂ ਨੂੰ ਦੱਸਿਆ ਵੀ ਅਸੀਂ ਪ੍ਰੋਬਲਮ 'ਚ, ਸਿਰਫ ਅਸੀਂ ਰੋਕਾ ਹੀ ਰੱਖਣਾ ਵੀ ਅਸੀਂ ਵਿਆਹ ਨਹੀਂ ਕਰਨਾ ਹੈਗਾ ਕਿਉਂਕਿ ਅਸੀਂ ਬਹੁਤ ਪ੍ਰੋਬਲਮ 'ਚ ਬੈਠੇ, ਮੈਂ ਰਿਸ਼ਤਾ ਨਹੀਂ ਕਰਨਾ ਚਾਹੁੰਦੀ। ਪਰੰਤੂ ਜਦੋਂ ਰੋਕੇ ਤਾਂ ਆਏ ਮੈਨੂੰ ਇੱਦਾਂ ਉਹਨਾਂ ਨੇ ਫੋਰਸ ਕਰਤਾ, ਤੇਰੇ ਕੋਲ ਕੁਛ ਨਹੀਂ ਹੈਗਾ ਹੁਣ ਤਾਂ, ਤੂੰ ਸਾਰਾ ਕੁਛ ਅਰੇਂਜਮੈਂਟ ਕੀਤਾ ਹੈਗਾ, ਤੂੰ ਗਰੀਬ ਹੈ, ਰੈਂਟ 'ਤੇ ਰਹਿ ਰਹੀ ਹੈ, ਤੂੰ ਕਰ ਦੇ ਰਿਸ਼ਤਾ, ਅਸੀਂ ਤੇਰੇ ਨਾਲ ਹੈ। ਪਰ ਬਾਅਦ 'ਚੋਂ ਮੇਰੀ ਕੁੜੀ ਨੂੰ ਜਾਂਦੇ ਹੀ ਉਹਨਾਂ ਨੇ ਇੰਨਾ ਪਰੇਸ਼ਾਨ ਕੀਤਾ,
ਕੋਈ ਉਹਨੂੰ ਇੰਨੇ ਮਾਰ ਕੁਟਾਈ ਕਰਦੇ ਸੀ, ਸਾਰਾ ਕੁਛ ਮੈਂ ਦੇਖ ਕੇ ਦੇਖ ਲਿਆ, ਸਾਰਾ ਕੁਛ ਕਰਕੇ ਦੇਖ ਲਿਆ, ਮੇਰੀ ਕੁੜੀ ਵੀ ਕਮਾਉਂਦੀ ਨਹੀਂ, ਫਿਰ ਵੀ ਉਹ ਕਦੀ ਸੁੱਖੀ ਨਹੀਂ ਰਹੀ, ਉਹਨੂੰ ਭੁੱਖੀ ਰੱਖਿਆ ਜਾਂਦਾ। ਬਹੁਤ ਵਾਰ ਇੱਦਾਂ ਹੁੰਦਾ ਕਿ ਅਸੀਂ ਇਲਜ਼ਾਮ ਸੁਣ ਲੈਂਦੇ ਹਾਂ, ਜਿਸ ਤਰ੍ਹਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਕੁੜੀ ਦਾ ਵਿਆਹ ਹੋਇਆ, ਉਸ ਤੋਂ ਬਾਅਦ ਇੱਕੋ ਦਮ ਉਹਨੂੰ ਤੰਗ ਕਰਨ ਲੱਗ ਗਏ, ਰੋਟੀ ਨਹੀਂ ਦਿੰਦੇ ਸੀ, ਇਹ ਇੱਕ ਪੱਖ ਦੇ ਇਲਜ਼ਾਮ ਨੇ। ਸਵਾਲ ਇਹ ਖੜਾ ਹੁੰਦਾ ਹੈ ਕਿ ਕੋਈ ਪਰਿਵਾਰ ਜਿਹਨੇ ਚਾਵਾਂ ਨਾਲ ਕੁੜੀ ਨੂੰ ਵਿਆਹ ਕੇ ਲੈ ਕੇ ਜਾ ਰਿਹਾ ਹੈ, ਉਹ ਕਿਉਂ ਅਜਿਹਾ ਸਲੂਕ ਕਰੇਗਾ? ਉਹਨਾਂ ਨੇ ਤਾਂ ਬਹੁਤ ਹੀ ਬੁਰਾ ਸਲੂਕ ਕੀਤਾ, ਕਿਉਂਕਿ ਸਾਨੂੰ ਇਹ ਵੀ ਨਹੀਂ ਪਤਾ ਸੀ ਮੁੰਡਾ ਨਸ਼ੇੜੀ ਹੈ, ਮੁੰਡਾ ਸਾਰਾ ਨਸ਼ੇ 'ਚ ਪੈ, ਉਹ ਬਿਲਕੁਲ ਨਹੀਂ ਡਰਦੇ ਬੰਦੇ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ, ਕੁਛ ਨਹੀਂ, ਨਾ ਬੱਚੇ ਨਾਲ ਵੀ ਉਹਨਾਂ ਨੂੰ ਨਹੀਂ ਹੈਗਾ। ਬੱਚਾ ਜਦੋਂ ਹੋਣ ਵਾਲਾ ਸੀ, ਉਹਨਾਂ ਨੇ ਮੇਰੀ ਬੇਟੀ ਨੂੰ ਇਹੀ ਕਿਹਾ ਸੀ ਤੂੰ ਅਬੋਰਸ਼ਨ ਕਰਾ ਲੈ, ਉੱਤੋਂ ਮੇਰੀ ਦਾਦੀ ਦਾ ਵੀ ਫੋਨ ਆਇਆ ਅਬੋਰਸ਼ਨ ਕਰਾ ਲਿਆ, ਮੇਰੀ ਕੁੜੀ ਨਹੀਂ ਮੰਨੀ, ਖੁਦ ਕੁਮਾਰੀ। ਬੱਚੇ ਦਾ ਤਾਂ ਚਾਅ ਹੀ ਬੜਾ ਹੁੰਦਾ ਪਰਿਵਾਰ ਨੂੰ, ਕੋਈ ਚਾਅ ਨਹੀਂ, ਉਹਨਾਂ ਨੇ ਬੱਚਾ ਹੁੰਦੇ ਹੀ ਹੋਸਪਿਟਲ 'ਚ ਹੀ ਡਰਾਮਾ ਸ਼ੁਰੂ ਕਰਤਾ ਮੇਰੀ ਦਾਦੀ ਨੂੰ ਲਿਆ ਕੇ, ਵੀ ਅਸੀਂ ਪੈਸੇ ਨਹੀਂ ਭਰਨੇ ਹੈਗੇ, ਤੇਰੀ ਮਾਂ ਕੋਲ ਤਾਂ ਨਾ 20-25 ਹਜ਼ਾਰ ਹੋਣਾ ਨਹੀਂ ਹੈਗਾ, ਅਤੇ ਤੁਸੀਂ ਲਿਖ ਕੇ ਦੇ ਦਿਓ, ਨਹੀਂ ਤਾਂ ਤੈਨੂੰ ਬੱਚਾ ਨਹੀਂ ਲਿਜਾਣ ਦੇਣਗੇ ਇੱਥੋਂ, ਅਤੇ ਇੱਦਾਂ ਹੀ ਬੈਠੀ ਰਹੇਂਗੀ ਤੂੰ। ਤਾਂ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਚੋਪੜਾ ਸਾਹਿਬ ਬਹੁਤ ਚੰਗੇ ਸੀ, ਕਹਿੰਦੇ ਤੁਸੀਂ ਜਾਓ, ਅਸੀਂ ਆਪੇ ਦੇਖ ਲਾਂਗੇ। ਅਸੀਂ ਬੱਚਾ ਲੈ ਕੇ ਆ ਗਏ, ਰੈਂਟ 'ਤੇ ਮੈਂ ਆਪਣੀ ਕੁੜੀ ਨੂੰ ਆਪਣੇ ਕੋਲ ਰੱਖਿਆ, ਅਤੇ ਉਹਦੇ ਥੋੜ੍ਹੇ ਦਿਨ ਬਾਅਦ ਇਹਦਾ ਹਸਬੈਂਡ ਆ ਕੇ ਮੇਰੀ ਇੰਨੀ ਮਾਰ ਕੁਟਾਈ ਕੀਤੀ। ਮੈਂ ਸਿਵਲ ਹੋਸਪਿਟਲ, ਸਾਡੇ ਕੋਲ ਪੈਸੇ ਵੀ ਨਹੀਂ ਸੀ, ਸਿਵਲ ਹਸਪਤਾਲ ਸਾਡੀ ਕਿਸੇ ਨੇ ਮਦਦ ਕੀਤੀ, ਉੱਥੇ ਲੋਕਾਂ ਨੇ ਮੈਂ ਪਰਚੇ ਵੀ ਕਰਵਾਏ, ਦੇਖੋ ਮੇਰਾ ਕਿੱਦਾਂ ਮੂੰਹ 'ਤੇ ਖੂਨ ਇੰਨਾ ਸਾਰਾ, ਮੇਰੇ ਇੱਥੋਂ ਨਾੜੀ ਫੱਟ ਗਈ ਸੀ। ਤਾਂ ਉਹ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਦੀ, ਉਦੋਂ ਹੈਬੋਵਾਲ ਹੀ ਰਹਿੰਦੇ ਸੀ, ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਮੈਂ ਜਦੋਂ ਹੀ ਮਾਰਿਆ, ਮੈਂ ਜਦੋਂ ਹੀ ਪੁਲਿਸ ਗਈ ਸੀ, ਕੋਈ ਉਦੋਂ ਕੰਪਲੇਂਟ ਨਹੀਂ ਲਿਖੀ, ਫਿਰ ਅਸੀਂ ਸਿਵਲ ਹਸਪਤਾਲ ਚਲੇ ਗਏ, ਕੋਈ ਕੰਪਲੇਂਟ ਨਹੀਂ, ਉੱਧਰੋਂ ਸਾਨੂੰ ਰੈਂਟ ਤੋਂ ਇੱਦਾਂ ਜਵਾਬ ਦੇ ਦਿੱਤਾ ਗਿਆ। ਤਾਂ ਅਸੀਂ ਫਿਰ ਗੁਰਦੁਆਰੇ ਰਹੇ, ਪਹਿਲੇ ਦੁੱਖ ਨਿਵਾਰਨ ਰਹੇ, ਫਿਰ ਅਸੀਂ ਉੱਥੇ ਗੋਲਡਨ ਟੈਂਪਲ ਚਲੇ ਗਏ, ਅਤੇ ਅਸੀਂ ਦਿੱਲੀ ਤੱਕ ਵੀ ਜਾ ਕੇ ਆਏ। ਜੋ ਜੋ ਮੇਰੇ ਕੋਲ ਸੀਗਾ, ਮੈਂ ਅੱਜ ਖਾਲੀ ਹੋ ਗਈ ਇਹਨੂੰ ਕੁੜੀ ਨੂੰ ਦੇ ਕੇ, ਜੋ ਮੰਗਾ ਸੀਗੀਆਂ ਸਾਰਾ ਕੁਛ ਕਰਵਾਇਆ, ਸਭ ਕੁਛ ਕਰਵਾਇਆ, ਕੁਛ ਦਹੇਜ ਮੰਗਿਆ ਸੀ? ਹਾਂਜੀ, ਜੋਮੈਟੋ ਦਾ ਕੰਮ ਵੀ ਖੁਲਵਾ ਕੇ ਦਿੱਤਾ, ਜੋ ਇਹਨੂੰ ਗਹਿਣਾ ਸੋਨਾ ਪਾਇਆ ਸੀ ਸਾਰਾ ਵੇਚ ਕੇ। ਨਹੀਂ, ਤੁਸੀਂ ਤਾਂ ਕਹਿ ਰਹੇ ਹੋ ਤੁਸੀਂ, ਤੁਹਾਡੇ ਕੋਲ ਕੁਛ ਸੀਗਾ ਨਹੀਂ ਉਸ ਟਾਈਮ? ਮੇਰੇ ਕੋਲ ਸੀ ਕੁਛ ਬੈਲੈਂਸ, ਮੇਰੇ ਕੋਲ ਕਾਪੀਆਂ ਪਈਆਂ, ਇਹਨਾਂ ਨੂੰ ਦਿੱਤਾ ਸੀਗਾ, ਬਹੁਤ ਕੁਛ ਦਿੱਤਾ ਸੀ, ਮੈਂ ਆਪਣਾ ਸਮਾਨ ਚੱਕ ਕੇ ਜੋ ਵੀ ਸੀਗਾ, ਔਰ ਮੇਰੀ ਕੁੜੀ ਨੇ ਵੀ ਕਮਾ ਕੇ, ਹੋਟ ਬਰੈਡ 'ਚ ਲੱਗੀ ਰਹੀ ਹੈ, ਮਸ਼ੀਨ ਬਣਾਈ, ਕੂਲਰ ਬਣਾਇਆ, ਇਹਦੇ ਕੋਲ ਉਹਦੇ ਹੈਗੇ ਸਾਰਾ ਕੁਛ ਕਾਗਜ਼, ਉਹ ਇਹਦਾ ਹਸਬੈਂਡ ਦੀ ਨੰਦਾ ਨੂੰ ਦੇ ਆਉਂਦਾ ਸੀਗਾ, ਅਤੇ ਇਹਨੂੰ ਭੁੱਖੀ ਰੱਖਦਾ ਸੀ, ਉਹਦਾ ਕੋਈ ਨਾ ਕੋਈ ਡਰਾਮਾ ਚੱਲਦਾ ਹੀ ਰਹਿੰਦਾ ਸੀ, ਨਸ਼ੇ 'ਚ ਪਿਆ ਰਹਿੰਦਾ ਸੀਗਾ, ਕਮਾ ਕੇ ਪੈਸੇ ਇਹਦੇ ਹੱਥ 'ਚ ਇੱਕ ਦਿਨ ਨਹੀਂ ਧਰੇ ਜਾਂਦੇ ਸੀ, ਨਾ ਰਾਸ਼ਨ ਪਾਣੀ ਦਿੱਤਾ ਜਾਂਦਾ, ਔਰ ਭੁੱਖੀ ਰੱਖਦੇ ਸੀ, ਕਹਿੰਦੇ ਭੁੱਖੀ ਰੱਖ ਰਹੀ, ਮੇਰੀ ਸੱਸ ਮੈਨੂੰ ਕਹਿੰਦੀ ਸੀ ਇਹੀ ਨਿੰਦਾ ਕਰੀ, ਚਲੋ ਭੁੱਖੀ ਰਹੇਗੀ ਫਿਰ ਪਤਾ ਲੱਗੂਗਾ ਇੱਦਾਂ ਦੇ ਕੰਮਾਂ 'ਚ ਕਿਵੇਂ ਜਾਇਆ ਜਾਂਦਾ, ਫਿਰ ਤੁਹਾਨੂੰ ਸਮਝ ਆਏਗੀ। 19 ਸਾਲ ਦੀ ਉਮਰ 'ਚ ਮੈਮ ਤੁਹਾਡਾ ਵਿਆਹ ਕਰਵਾ ਦਿੱਤਾ ਗਿਆ, 19 ਸਾਲ ਦੀ ਕੁੜੀ ਨੂੰ ਚਲੋ ਥੋੜ੍ਹੀ ਸਮਝ ਤਾਂ ਹੁੰਦੀ ਹੈ ਕਿ ਮੈਂ ਵਿਆਹਣ ਜਾ ਰਹੀ ਹਾਂ ਜਿੱਥੇ ਮੈਨੂੰ ਪਤਾ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਪਰਿਵਾਰ ਹੈ, ਮੇਰੀ ਮਾਂ ਪਹਿਲਾਂ ਹੀ ਬਹੁਤ ਮੰਦੀ ਦੇ ਦੌਰ 'ਚੋਂ ਨਿਕਲੀ ਹੈ, ਬੜਾ ਅੱਤਿਆਚਾਰ ਹੋਇਆ ਮਾਂ ਦੇ ਨਾਲ, ਪੈਸਾ ਧੇਲਾ ਪੱਲੇ ਨਹੀਂ ਹੈਗਾ, ਇੰਨੀ ਛੋਟੀ ਉਮਰ ਦੇ ਵਿੱਚ ਵਿਆਹ ਦੇ ਵਿੱਚ ਇੰਨੀ ਜਲਦਬਾਜ਼ੀ ਕਿਉਂ ਦਿਖਾਈ? ਕਿਉਂਕਿ ਮੇਰੇ ਪਿੱਛੇ ਬੰਦੇ ਮਗਰ ਲਾਏ ਜਾਂਦੇ ਸੀਗੇ, ਉਹ ਮੈਨੂੰ ਬਾਅਦ 'ਚੋਂ ਪਤਾ ਲੱਗੇ ਕਿ ਮੇਰੀ ਦਾਦੀ ਇਹ ਸਭ ਕਰਵਾ ਰਹੀ ਹੈ, ਮਗਰ ਲਾਏ ਜਾਂਦੇ ਬੰਦੇ, ਇਸ ਕਰਕੇ ਮੇਰੇ ਨਾਲ ਕੁਛ ਗਲਤ ਹਰਕਤ ਨਾ ਹੋ ਜਾਵੇ, ਇਸ ਕਰਕੇ ਮੇਰਾ ਵਿਆਹ ਛੇਤੀ ਕਰ ਦਿੱਤਾ ਗਿਆ। ਬੰਦੇ ਮਗਰ ਕਿਉਂ ਲਗਾਏ ਜਾਂਦੇ ਸੀ? ਖਰਾਬ ਕਰਨ ਲਈ, ਬਰਬਾਦੀ ਕਰਨ ਲਈ। ਕੀ ਕੰਮ ਹੈ ਤੁਹਾਡੀ ਦਾਦੀ, ਕੀ ਕੰਮ? ਕੁੜੀਆਂ ਸਪਲਾਈ ਦਾ ਉਹਨਾਂ ਦਾ ਹੈਗਾ, ਉਹ ਚਾਹੁੰਦੇ ਸੀ ਕਿ ਤੁਸੀਂ ਵੀ ਇਹੀ ਕੰਮ ਕਰੋ। ਹਾਂਜੀ, ਫਿਰ ਮੈਰਿਜ ਤੋਂ ਬਾਅਦ ਮੈਨੂੰ, ਫਿਰ ਮੇਰੀ ਮੈਰਿਜ ਹੋ ਗਈ, ਉਸ ਤੋਂ ਬਾਅਦ ਮੇਰੀ ਨਨਾਣ ਨੇ, ਨਿਧੀ ਰੀਮਾ ਨੇ, ਉਹਨਾਂ ਨੇ ਮੈਨੂੰ ਮਾਰ ਕੁਟਾਈ ਕਰਕੇ ਘਰੋਂ ਬਾਹਰ ਕੱਢਤਾ, ਵੀ ਇੱਥੇ ਸਾਈਨ ਕਰਦੇ। ਕਿਉਂ ਕੀਤੀ ਮਾਰ ਕੁਟਾਈ, ਕੋਈ ਗੱਲ ਹੋਈ ਹੋਣੀ? ਉਹਨਾਂ ਨੇ ਮਾਰ ਕੁਟਾਈ ਇਸ ਕਰਕੇ ਕੀਤੀ ਸੀ ਕਿ ਤੈਨੂੰ ਵੀ ਆਪਣੇ ਹਸਪਤਾਲ ਛੋੜ ਦੇ। ਵਿਆਹ ਕਿਉਂ ਕਰਵਾਇਆ ਜੇ ਉਹਨਾਂ ਨੇ ਇਹੀ ਕੰਮ? ਵਿਆਹ ਉਹਨਾਂ ਨੇ ਇਸ ਕਰਕੇ ਕਰਵਾਇਆ, ਇਹੋ ਜਿਹੇ ਕੰਮਾਂ 'ਚ ਪਾਉਣ ਵਾਸਤੇ, ਦਾਦੀ ਕੋਲ ਭੇਜਣ ਵਾਸਤੇ, ਕਿਉਂਕਿ ਉਹਨਾਂ ਦਾ ਭੇਜਿਆ ਹੋਇਆ ਹੀ ਰਿਸ਼ਤਾ ਸੀਗਾ, ਇਹ ਸਾਨੂੰ ਪਤਾ ਨਹੀਂ ਲੱਗਿਆ। ਫਿਰ ਉਹਨਾਂ ਨੇ ਮਾਰ ਕੁੱਟ ਕੇ ਘਰੋਂ ਬਾਹਰ ਕੱਢਤਾ, ਫਿਰ ਮੇਰਾ ਹਸਬੈਂਡ ਮੈਨੂੰ ਆ ਕੇ ਲੈ ਗਿਆ 2 ਦਿਨ ਬਾਅਦ,
ਫਿਰ ਮੈਂ ਕਿਸੇ ਗੁਰਦੁਆਰੇ 'ਚ ਰਹੀ, ਦਰਬਾਰ ਸਾਹਿਬ, ਸਾਰਾ ਕੁਛ ਨਨਾਨਾ ਨੂੰ ਦੇਈ ਗਈ ਪੈਸੇ ਕਮਾ ਕਮਾ ਕੇ, ਉਦੋਂ ਤੱਕ ਠੀਕ ਰਿਹਾ। ਜਦ ਕਮਾਉਣਾ ਹੱਟ ਗਈ, ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕਿਹਾ ਵੀ ਤੂੰ ਸਾਰੇ ਪੈਸੇ ਸਾਨੂੰ ਲਿਆ ਕੇ ਦੇ ਦੇ, ਅਤੇ ਤੂੰ ਸਾਡੀ ਗੱਲ ਮੰਨ ਇੱਕ। ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਇਹੋ ਜਿਹੀ ਗੱਲ ਹੈ ਜਿਹੜੀ ਮੰਨਾਂ ਮੈਂ ਤੁਹਾਡੀ, ਨਹੀਂ ਤੂੰ ਸਾਡੀ ਕਹਿਣਾ ਨਹੀਂ ਮੰਨਦੀ, ਸਾਡੇ ਕਹਿਣੇ 'ਚ ਰਹੇਂਗੀ, ਚੰਗੀ ਰਹੇਂਗੀ, ਪੈਸਾ ਬਹੁਤ ਅੱਜ ਕੱਲ੍ਹ ਕਮਾਉਣ ਦਾ ਹੋਰ ਵੀ ਤਰੀਕਾ ਹੁੰਦਾ, ਜਿਸ ਤਰੀਕੇ ਨਾਲ ਤੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੋਏਗਾ, ਸੁਖੀ ਵੀ ਰਹੇਂਗੀ, ਸਾਡੀ ਕਹਿਣਾ ਮੰਨ ਲੈ ਇੱਕ ਵਾਰ, ਮਾਂ ਨੂੰ ਛੱਡ ਦੇ। ਮੈਂ ਨਹੀਂ ਮੰਨੀ ਉਸ ਤਾਂ, ਫਿਰ ਮਾਂ ਨੂੰ ਛੱਡ ਕੇ ਕੀ ਕਰ, ਗੱਲ ਕੀ ਸੀ? ਮਾਂ ਨੂੰ ਛੱਡ ਦੇ, ਬਸ ਇਹੀ ਕਹਿਣਾ ਚਾਹੁੰਦੇ ਸੀਗੇ, ਲਿਖਵਾਉਣਾ ਚਾਹੁੰਦੇ ਸੀ ਕੁਛ ਵੀ, ਮਾਂ ਨੂੰ ਪਿੱਛਾ ਛੱਡ ਦੇ, ਮਾਂ ਤੇਰਾ ਘਰ ਖਰਾਬ ਕਰ ਰਹੀ ਹੈ, ਵੀ ਮਾਂ ਦਾ ਪਿੱਛਾ ਛੱਡ ਕੇ। ਇੱਦਾਂ ਕਿਉਂ ਕਹਿੰਦੇ ਸੀ ਕਿ ਮਾਂ ਘਰ ਖਰਾਬ ਕਰ ਰਹੀ? ਕਿਉਂਕਿ ਇਹ ਤੈਨੂੰ ਰੋਕ ਰਹੀ ਹੈ ਇਹਨਾਂ ਚੀਜ਼ਾਂ ਤੋਂ, ਵੀ ਤੇਰਾ ਜਿਸਮ ਫਰੋਸ਼ੀ ਦਾ ਧੰਦਾ ਕਰਨ ਤੋਂ ਰੋਕ ਰਹੀ ਹੈ ਮਾਂ, ਇਸ ਕਰਕੇ ਕਹਿੰਦੇ ਸੀ ਮਾਂ ਨੂੰ ਛੱਡ ਦੇ? ਹਾਂਜੀ, ਕਿਉਂਕਿ ਇਹ ਤੈਨੂੰ ਬਚਾਏਗੀ, ਇਹ ਫਿਰ ਤੂੰ ਜਾ ਕਿਤੇ ਪੁਲਿਸ ਸਟੇਸ਼ਨ ਨਹੀਂ ਜਾਣਾ ਸਾਡੇ ਖਿਲਾਫ਼, ਜੇ ਪਰਚਾ ਦੇਂਗੀ ਤਾਂ ਤੇਰੇ ਨਾਲ ਆਹੀ ਬੁਰਾ ਹਾਲ ਕਰਨਾ, ਪੁਲਿਸ ਸਾਰੀ ਸਾਡੇ ਹੱਥ 'ਚ ਹੈ, ਅਸੀਂ ਤਾਂ ਪੈਸਾ ਚੜਾ ਕੇ ਕੁਛ ਵੀ ਕਰ ਸਕਦੇ ਹਾਂ, ਸਾਡੇ ਵੱਡੇ ਵੱਡੇ ਬੰਦੇ ਨਾਲ ਵਾਕ ਵੀ ਹੈਗੀ ਹੈ। ਦਾਦੀ ਤੁਹਾਨੂੰ ਤੁਹਾਡੇ ਵਿਆਹ ਤੋਂ ਬਾਅਦ ਬਾਰ ਬਾਰ ਅਪਰੋਚ ਕਰ ਰਹੀ ਸੀ, ਵਿਆਹ ਤੋਂ ਪਹਿਲਾਂ ਕਦੇ ਦਾਦੀ ਨੇ ਅਪਰੋਚ ਨਹੀਂ ਕੀਤਾ, ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਵਿਆਹ ਤੋਂ ਬਾਅਦ ਹੀ ਮੈਨੂੰ ਜਾ ਕੇ ਮਿਲੇ ਹੈ। ਕੀ ਮਿਲ ਕੇ ਕੀ ਕਿਹਾ ਦਾਦੀ ਨੇ ਤੁਹਾਨੂੰ, ਕੀ ਚਾਹੁੰਦੇ ਸੀ? ਮੈਨੂੰ ਫਿਰ ਨਨਾਨ ਨੇ ਕਿਹਾ ਤੇਰਾ ਪਿਓ ਉੱਥੇ ਰਹਿੰਦਾ, ਜਾਂ ਚੱਲ ਜਾ ਉੱਥੇ ਦੇਖਾ, ਜਾਂ ਦੇਖ ਕੇ ਆ ਇੱਕ ਵਾਰ ਜਾ ਕੇ ਆ। ਮੈਨੂੰ ਗੁੱਸਾ ਬਹੁਤ ਚੜਿਆ ਹੋਇਆ ਸਿਸਟਮ, ਮੈਂ ਚੱਲ ਗਈ ਉਹਨਾਂ ਦਾ ਘਰ ਲੱਭਿਆ, ਮੈਂ ਮੰਮਾ ਤੋਂ ਆਪਣਾ ਐਡਰੈਸ ਲਿੱਤਾ ਉਹਨਾਂ ਦੇ ਘਰ ਦਾ ਕਿੱਥੇ ਰਹਿੰਦਾ, ਉਹਨਾਂ ਨੇ ਮੈਨੂੰ ਐਡਰੈਸ ਦਿੱਤਾ, ਮੈਂ ਜਾ ਕੇ ਦੇਖ ਕੇ ਆਈ। ਉਹਨਾਂ ਘਰ ਇੰਨੇ ਜ਼ਿਆਦਾ ਬੰਦੇ ਆਉਂਦੇ, ਮੈਨੂੰ ਬਿਠਾ ਕੇ ਉਹਨਾਂ ਨੇ ਇਹੀ ਸਮਝਾਇਆ ਵੀ ਘਰ ਵਾਲਾ ਛੱਡ ਦੇ, ਤੇਰਾ ਫੋਰਨ ਕੰਟਰੀ ਵਿਆਹ ਕਰ ਦਾਂਗੇ, ਦੂਸਰੇ ਕਿਸੇ ਬੰਦੇ ਨਾਲ ਤੈਨੂੰ ਬਾਹਰ ਭੇਜ ਦਿੰਦੇ, ਤੇਰੀ ਲਾਈਫ ਬਣ ਜੂਗੀ, ਬੱਚੇ ਦਾ ਮੂੰਹ ਵੀ ਨਾ ਦੇਖੀ, ਜਵਾਕ ਵੀ ਨਹੀਂ ਪੈਦਾ ਕਰਨਾ, ਜੇ ਹੋਏਗਾ ਵੀ ਅਬੋਰਸ਼ਨ ਕਰਾ ਲੈਣਾ। ਇਹ ਕਿਹਨੇ ਕਿਹਾ, ਤੁਹਾਡੇ ਪਿਤਾ ਨੇ? ਇਹ ਮੇਰੀ ਦਾਦੀ ਨੇ। ਅੱਛਾ। ਨਨਾਨਾ ਵੀ ਚਾਹੁੰਦੀ ਸੀ ਬੱਚਾ ਨਾ ਜੰਮੇ, ਬੱਚਾ ਨਹੀਂ ਹੋਣਾ ਚਾਹੀਦਾ ਤੇਰੇ, ਬੱਚਾ ਜੇ ਹੋ ਗਿਆ ਤਾਂ ਫਿਰ ਸਾਨੂੰ ਔਖਾ ਹੋ ਜਾਊਗਾ, ਬੱਚਾ ਨਹੀਂ ਕਰਨਾ ਤੂੰ ਪੈਦਾ, ਉਦੋਂ ਹੀ ਸ਼ੱਕ ਪੈ ਗਿਆ ਸੀ ਵੀ ਕੋਈ ਗੱਲ ਇਹੋ ਜਿਹੀ ਹੈਗੀ ਹੈ। ਅੱਛਾ, ਫਿਰ ਪਿਤਾ ਨੂੰ ਮਿਲਣ ਗਏ, ਘਰ ਗਏ, ਦਾਦੀ ਨੂੰ ਮਿਲੇ, ਤਾਂ ਕੀ ਦੇਖਿਆ ਉੱਥੇ, ਕੀ ਮਾਹੌਲ ਸੀ, ਕੀ ਚੱਲ ਰਿਹਾ ਸੀ, ਕੀ ਜਾਣਦੇ ਸੀ ਤੁਹਾਡੇ? ਉੱਥੇ ਮਾਹੌਲ ਬਹੁਤ ਖਰਾਬ ਸੀਗਾ, ਦਰਵਾਜ਼ੇ ਕੁੰਡਾ ਲੈ ਕੇ, ਕਮਰਾ ਲੈ ਕੇ ਅੰਦਰ ਬਿਠਾ ਕੇ ਮੇਰੇ ਨਾਲ ਗੱਲ ਕੀਤੀ ਪਾਸੇ ਲਿਜਾ ਕੇ, ਵੀ ਤੂੰ ਸਾਡੇ ਕਹਿਣੇ ਲੱਗ ਵੀ ਤੇਰੀ ਜ਼ਿੰਦਗੀ ਅਸੀਂ ਸੁਧਾਰਾਂਗੇ, ਤੂੰ ਕੀ ਆ 10,000 5,000 ਦੇ ਮਗਰ ਨੌਕਰੀਆਂ ਮਗਰ ਭੱਜੀ ਫਿਰਦੀ, ਵਿਆਹ ਕਰਾ ਕੇ ਤਾਂ ਦੇਖ ਹੀ ਲਿਆ, ਕੋਈ ਜ਼ਿੰਦਗੀ ਨਹੀਂ ਬਣਦੀ, ਤੈਨੂੰ ਐਸ਼ੋ ਭਰੀ ਜ਼ਿੰਦਗੀ ਅਸੀਂ ਦਵਾਵਾਂ, ਗੱਡੀਆਂ 'ਚ ਘੁੰਮੇਗੀ, ਵੱਡੀ ਵੱਡੀ ਕਾਰਾਂ 'ਚ ਘੁੰਮਣ ਨੂੰ ਮਿਲੂਗਾ, ਤੂੰ ਸਾਡਾ ਕਹਿਣਾ ਮੰਨ ਲੈ ਇੱਕ ਵਾਰ, ਇਹੋ ਜਿਹੇ ਕੰਮਾਂ 'ਚ ਪੈਣ ਲਈ ਗਲਤ ਜਿਸਮ ਫਰੋਸ਼ੀ ਦਾ ਧੰਦਾ, ਤੂੰ ਵੀ ਐਸ਼ ਕਰੇਂਗੀ, ਤੈਨੂੰ ਕੋਈ ਦੁੱਖ ਨਹੀਂ ਮਿਲੂਗਾ, ਤੂੰ ਤੈਨੂੰ ਰੋਟੀ ਖਾਣ ਨੂੰ ਨਹੀਂ ਤਾਂ ਨਹੀਂ ਮਿਲਦੀ ਹੈਗੀ, ਤਾਂ ਤੇਰੇ ਕੋਲ ਪੈਸਾ ਨਹੀਂ ਹੈਗਾ ਜ਼ਿਆਦਾ। ਜਦੋਂ ਤੁਸੀਂ ਮਨਾ ਕੀਤਾ ਆਪਣੇ ਪਿਤਾ ਨੂੰ, ਆਪਣੀ ਦਾਦੀ ਨੂੰ ਕਿ ਮੈਂ ਇਹ ਗਲਤ ਕੰਮ ਨਹੀਂ ਕਰਨਾ, ਤਾਂ ਉਸ ਤੋਂ ਬਾਅਦ ਵੀ ਉਹਨਾਂ ਨੇ ਤੁਹਾਡਾ ਪਿੱਛਾ ਨਹੀਂ ਛੱਡਿਆ? ਨਹੀਂ ਛੱਡਿਆ, ਬਿਲਕੁਲ ਵੀ ਨਹੀਂ ਛੱਡਿਆ, ਸਾਨੂੰ ਰੈਂਟ 'ਤੇ ਘਟਾਇਆ ਜਾਂਦਾ, ਔਰ ਮਕਾਨ ਮਾਲਿਕ ਦੇ ਥਰੂ ਸਾਡੇ 'ਤੇ ਗਲਤ ਬਲੇਮ ਲਾ ਕੇ ਸਾਨੂੰ ਘਰੋਂ ਬਾਹਰ ਹੋਣ ਕੱਢਣ 'ਤੇ ਮਜਬੂਰ ਕਰ ਦਿੱਤਾ ਜਾਂਦਾ। ਅਸੀਂ ਫਿਰ ਰਾਤ ਸਾਰੀ ਦੁੱਖਣ ਵਾਲੇ ਗੁਰਦੁਆਰੇ ਜਾ ਕੇ ਕੱਟਦੇ, ਕਦੀ ਫਿਰ ਅਸੀਂ ਦਰਬਾਰ ਸਾਹਿਬ ਭੀਕ ਮੰਗ ਕੇ ਚੱਲ ਜਾਂਦੇ, ਉੱਥੇ ਰਹਿੰਦੇ ਫਿਰ ਜਾ ਕੇ। ਬੱਚੇ ਨੂੰ ਕਿਵੇਂ ਪਾਲ ਰਹੇ ਹੋ, 1 ਸਾਲ ਦਾ ਤੁਹਾਡਾ ਬੱਚਾ ਹੈ, ਕਿਵੇਂ ਪਾਲ ਰਹੇ ਹੋ ਬੱਚੇ ਨੂੰ? ਲੋਕਾਂ ਤੋਂ ਮੰਗ ਕੇ ਪਾਲ ਰਹੇ ਹਾਂ, ਤਰੀਕੇ ਜਿੱਥੇ ਰੈਂਟ 'ਤੇ ਰਹਿੰਦੇ ਸੀ ਉਹਨਾਂ ਨੇ ਸਾਡਾ ਫ੍ਰੀ 'ਚ ਦੁੱਧ ਲਾਇਆ, 4 ਮਹੀਨੇ ਉਹਨਾਂ ਨੇ ਫ੍ਰੀ ਦੁੱਧ ਬੱਚੇ ਨੂੰ ਦਿੱਤਾ, 2 ਕਿਲੋ ਭਾਈ ਸੀਗਾ ਅਬੂਟਰ ਨਾਮ ਉਹਨਾਂ ਦਾ, ਉਹ ਭਾਜੀ ਕਹਿੰਦੇ ਜੇ ਫਿਰ ਕੀ, ਜੇ ਕੁੱਤਿਆਂ ਨੂੰ ਮੈਂ ਦੁੱਧ ਰੋੜ ਦਿੰਦਾ ਤੇਰੇ ਬੱਚੇ ਨੂੰ ਅਸੀਂ ਦੇ ਦਾਂਗੇ, ਫਿਰ ਕੀ ਹੋ ਗਿਆ, ਤੇਰੇ ਜਵਾਕ ਵੀ ਦੁੱਧ ਪੀ ਲਓ। ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਹੀ ਦੁੱਧ ਵੀ ਛੁਡਵਾ ਤਾ। ਅੱਜ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਏ ਹੋ, ਆਪਣੀ ਸਾਰੀ ਕਹਾਣੀ ਦੱਸੀ ਹੈ ਤੁਸੀਂ, ਇਲਜ਼ਾਮ ਜਿਹੜੇ ਤੁਸੀਂ ਦੱਸ ਰਹੇ ਹੋ ਕੈਮਰੇ ਮੂਹਰੇ, ਕਮਿਸ਼ਨਰ ਸਾਹਿਬ ਨੂੰ ਸਾਰਾ ਦੱਸਿਆ, ਕੀ ਕਿਹਾ ਉਹਨਾਂ ਨੇ? ਕਮਿਸ਼ਨਰ ਸਾਹਿਬ ਨੂੰ ਲਿਖ ਕੇ ਦਿੱਤਾ ਲਿਖਤੀ ਰੂਪ 'ਚ, ਅੱਜ ਮਿਲੇ ਹਾਂ,
ਉਹਨਾਂ ਦੱਸਣ ਦੀ ਕੋਸ਼ਿਸ਼ ਵੀ ਕਰ ਰਹੀ ਹਾਂ, ਉਹ ਬਾਹਰ ਭੇਜੀ ਜਾਂਦੇ ਮੈਡਮ ਫਟਾਫਟ ਚਲੋ ਬੋਲੋ। ਮੈਂ ਕਿਹਾ ਸਰ ਗੱਲ ਸੁਣ ਲਓ, ਗੱਲ ਸੁਣ ਲਓ, ਨਹੀਂ ਤੁਹਾਡਾ ਹੋ ਜੂਗਾ, ਕੋਈ ਗੱਲ ਨਹੀਂ ਹੋ ਜੂਗਾ, ਇੱਦਾਂ ਕਹਿ ਕੇ ਭੇਜ ਦਿੰਦੇ। ਅੱਗੇ ਜਾ ਕੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਅੱਗੇ ਜਾ ਕੇ ਵੂਮੈਨ ਸੈੱਲ ਵਾਲੇ ਪਤਾ ਕੀ ਕਹਿੰਦੇ ਆ, ਸਰਾਭਾ ਨਗਰ ਵਾਲੇ ਕਹਿੰਦੇ ਤੁਹਾਡਾ ਨਾ ਤੁਹਾਨੂੰ ਪੈਸੇ ਦਵਾ ਦਈਏ, ਅਸੀਂ 6 ਮਹੀਨੇ ਦਾ ਰੈਂਟ ਦਵਾ ਦਿੰਦੇ ਤੇਰੇ ਹਸਬੈਂਡ ਦੇ, ਉਸ ਤੋਂ ਬਾਅਦ ਤੁਹਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਬਸ ਆਹ ਕਾਰਵਾਈ ਕਰ ਰਹੇ, ਹੋਰ ਕੁਛ ਨਹੀਂ ਉਹਨਾਂ 'ਤੇ ਐਕਸ਼ਨ ਲੈ ਰਹੇ ਗੱਲਾਂ ਦਾ। ਤੁਹਾਡੀ ਕੀ ਮੰਗ ਹੈ, ਤੁਸੀਂ ਇਨਸਾਫ਼ ਵਾਰ ਵਾਰ ਮੰਗ ਰਹੇ ਹੋ, ਕੀ ਮੰਗ ਹੈ? ਇਹਨਾਂ ਨੂੰ ਪਿੱਛੇ ਹਟਾਇਆ ਜਾਏ ਸਾਨੂੰ, ਮੈਨੂੰ ਗਲਤ ਕੰਮਾਂ 'ਚ ਨਾ ਪਾਵੇ ਮੇਰੀ ਦਾਦੀ, ਮੈਨੂੰ ਪਿੱਛਾ ਛੱਡਣ ਮੇਰਾ, ਮੈਨੂੰ ਨਾ ਇਹੋ ਜਿਹੇ ਕੰਮਾਂ 'ਚ। ਕਦੀ ਦਾਦੀ ਨੇ ਡਾਇਰੈਕਟਲੀ ਤੁਹਾਨੂੰ ਕਿਹਾ ਕਿ ਤੇਰੇ ਤੋਂ ਆਹ ਕੰਮ ਕਰਵਾਉਣਾ? ਡਾਇਰੈਕਟਰੀ ਮਿਲੇ ਆ, ਮੈਂ ਉਹਨਾਂ ਘਰ ਵੀ ਗਈ ਸੀਗੀ, ਵੀ ਤੂੰ ਸਮਝ ਜਾ, ਨਹੀਂ ਤਾਂ ਫਿਰ ਤੁਹਾਨੂੰ ਡਾਇਰੈਕਟਲੀ ਕਹੀ ਹੋਈ ਹੈ, ਡਾਇਰੈਕਟਲੀ ਕਹੀ ਹੋਈ ਇਹ ਗੱਲ, ਵੀ ਸਮਝ ਜਾ, ਨਹੀਂ ਸਮਝੇਗੀ, ਮਾਂ ਦਾ ਪਿੱਛਾ ਛੱਡ ਦੇ, ਮਾਂ ਦਾ ਖਹਿੜਾ ਛੱਡ ਦੇ, ਲੱਗੀ ਰਹੇ ਮਾਂ ਦੀ ਗੱਲਾਂ 'ਚ, ਜਿੰਨੀ ਦੇਰ ਤੱਕ ਲੱਗੀ ਰਹੇਗੀ ਅਸੀਂ ਤੈਨੂੰ ਅੱਧੀ ਤੰਗ ਕਰਦੇ ਰਹਾਂਗੇ, ਭੁੱਖੀ ਰਹੇਗੀ ਤੈਨੂੰ ਰੈਂਟ 'ਤੇ, ਜਦ ਜਿੰਨੀ ਦੇਰ ਤੱਕ ਤੈਨੂੰ ਸੜਕ 'ਤੇ ਕੱਢੀ ਜਾਵਾਂਗੇ, ਫਿਰ ਉਸ ਤੋਂ ਬਾਅਦ ਹੀ ਤੈਨੂੰ ਅਕਲ ਆਊਗੀ ਟਿਕਾਣੇ 'ਤੇ ਤੇਰੀ, ਫਿਰ ਤੂੰ ਸ਼ਾਇਦ ਇਹ ਕੰਮਾਂ ਨੂੰ ਮੰਨ ਜਾਏਗੀ ਮਜਬੂਰ ਹੋ ਕੇ, ਜਦ ਪੈਸੇ ਤੰਗੀ ਹੋਏਗੀ ਨਾ ਫਿਰ ਤੈਨੂੰ ਪਤਾ ਲੱਗੂਗਾ, ਤੈਨੂੰ ਕਮਾ ਕੇ ਵੀ ਨਹੀਂ ਅਸੀਂ ਖਾਣ ਦੇਵਾਂਗੇ, ਲੱਗ ਜਾ ਜਿੱਥੇ ਜਾ ਕੇ ਲੱਗਣੀ ਨੌਕਰੀ। ਤੁਹਾਡੀ ਦਾਦੀ ਦੀਆਂ ਆਪਣੀਆਂ ਕੁੜੀਆਂ ਯਾਨੀ ਤੁਹਾਡੀ ਭੂਆ ਜਾਂ ਤੁਹਾਡੇ ਜਿੰਨੇ ਵੀ ਫੀਮੇਲਸ ਨੇ ਘਰ ਦੀਆਂ, ਉਹ ਸਭ ਜਾਣਦੀਆਂ ਨੇ ਕਿ ਘਰ ਦੇ ਵਿੱਚ ਕੀ ਹੋ ਰਿਹਾ? ਹਾਂਜੀ, ਉਹ ਸਭ ਜਾਣਦੇ ਨੇ, ਉਹ ਮੈਨੂੰ ਇਸੇ ਚੱਕਰਾਂ 'ਚ ਪਾਉਣਾ ਚਾਹੁੰਦੇ, ਖੁਦ ਦੇ ਉਹਨਾਂ ਤਾਈ ਤੋਂ ਕਰਵਾਉਂਦੀ ਇਹੋ ਜਿਹੇ ਕੰਮ, ਉਹ ਇਹ ਕਹਿੰਦੀ ਮੇਰੀ ਦਾਦੀ, ਇਹ ਕਹਿੰਦੀ ਵੀ ਤਾਈ ਆ ਜਿਹੜੀ ਇਹਨੂੰ ਤੂੰ ਮਾਂ ਕਹਿ, ਉਹਨੂੰ ਛੱਡ ਕੇ ਆ ਜਾ ਸਾਡੇ ਕੋਲ। ਗਲਤ ਕੰਮ ਕਰਨ ਦੇ ਲਈ ਬਾਰ ਬਾਰ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਜਿਸਮ ਫਰੋਸ਼ੀ ਦੇ ਧੰਦੇ 'ਚ ਪੈ ਜਾ। ਹਾਂਜੀ, ਤੁਹਾਡਾ ਸਹੁਰਾ ਪਰਿਵਾਰ ਅਤੇ ਤੁਹਾਡੇ ਪਿਤਾ ਜੀ, ਤੁਹਾਡੀ ਦਾਦੀ, ਇਹ ਆਪਸ 'ਚ ਰਲੇ ਹੋਏ ਨੇ, ਇਹ ਕਹਿ ਰਹੇ ਹੋ ਤੁਸੀਂ? ਹਾਂਜੀ, ਇਹ ਸਾਰੇ ਇਕੱਠੇ ਨੇ, ਇਹਨਾਂ ਸਾਰਿਆਂ ਦੇ ਇਹੀ ਹੈ ਵੀ ਉੱਥੇ ਚੱਲ ਜਾ, ਵੀ ਇੱਕ ਕੁੜੀ ਇੱਕ ਵਾਰ ਚੱਲ ਜਾਏ, ਇਹਦੀ ਮਾਂ ਤੋਂ ਗਲਤ ਕੁਛ ਲਿਖਵਾ ਲਈਏ ਅਸੀਂ ਕਿਸ ਤਰੀਕੇ, ਫਿਰ ਉਹ ਸਾਬਿਤ ਨਹੀਂ ਕਰ ਪਾਉਣਗੇ ਕੋਰਟ ਦੇ ਵਿੱਚ, ਅਸੀਂ ਇੱਦਾਂ ਨਹੀਂ ਕਰਦੇ। ਇੱਕ ਵਾਰੀ ਮੇਰੀ ਮਾਂ ਨੇ ਲਿਖ ਕੇ ਦੇ ਤਾ, ਕੁੜੀ ਗਈ ਆ, ਤਾਂ ਮੈਨੂੰ ਨਹੀਂ ਪਤਾ ਮੈਨੂੰ ਕਿੱਥੇ ਭੇਜ ਦੇਣਾ, ਮੈਂ ਲੱਭੂੰਗੀ ਵੀ ਨਹੀਂ ਫਿਰ ਕਿਸੇ ਨੂੰ, ਉੱਧਰੋਂ ਦੀ ਮੇਰੀ ਮਾਂ ਇਹਨਾਂ ਨੇ ਮਰਵਾ ਦੇਣੀ, ਉੱਧਰੋਂ ਹੀ ਮੇਰਾ ਬੱਚਾ ਕਹਿੰਦੇ ਖਵਾ ਦਾਂਗੇ, ਇਹ ਤਾਂ ਲੈ ਜੂਗਾ ਤੇਰਾ ਆਦਮੀ ਮੁੰਡਾ, ਫਿਰ ਸਹੁਰੇ ਰੱਖ ਹੀ ਲੈਂਦੇ, ਲੈ ਫਿਰ ਕੀ ਹੋਗਾ, ਹੋਰ ਵੀ ਮਾਮਾ ਕੁੱਖ 'ਚ ਜੰਮਦੇ ਬੱਚੇ ਸਫਾਈ ਕਰਾਉਂਦੇ ਹੀ ਨੇ, ਕੁੱਖ 'ਚ ਤੂੰ ਕਿਉਂ ਨਹੀਂ ਕਰਵਾਈ, ਜੇ ਜੰਮ ਲਿਆ ਹੈਗਾ ਇਹਨੂੰ ਅਸੀਂ ਖੋ ਕੇ ਤੇਰੇ ਤੋਂ ਲੈ ਜਾਵਾਂਗੇ, ਇਹ ਵੀ ਨਹੀਂ ਤੇਰਾ ਸਹਾਰਾ ਬਣੂਗਾ, ਤੈਨੂੰ 12 ਵਾਰ ਗੱਡੀ 'ਚ ਬਿਠਾ ਕੇ ਕਿਸੇ ਨੂੰ ਲੈ ਹੀ ਜਾਵਾਂਗੇ ਅਸੀਂ। ਇਹ ਸਾਰੀਆਂ ਗੱਲਾਂ ਤੁਸੀਂ ਥਾਣੇ ਜਾ ਕੇ ਸ਼ਿਕਾਇਤ ਜੋ ਦਰਜ ਕਰਵਾਈ, ਇਹ ਸਾਰੀਆਂ ਗੱਲਾਂ ਦੱਸੀਆਂ ਸੀ ਕਿ ਮੈਨੂੰ ਇਹ ਧਮਕੀਆਂ ਆ ਰਹੀਆਂ ਨੇ, ਮੈਨੂੰ ਅਗਵਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਮੈਨੂੰ ਜ਼ਬਰਦਸਤੀ ਗਲਤ ਧੰਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਰੀਆਂ ਗੱਲਾਂ ਸ਼ਿਕਾਇਤ ਵਿੱਚ ਦਰਜ ਕਰਵਾਈਆਂ ਸੀ? ਹਾਂਜੀ, ਸਾਰਾ ਕੁਛ ਅਸੀਂ ਇੱਕ ਦੱਸਿਆ ਸੀਗਾ, ਜੋ ਲਿਖ ਕੇ ਦਿੱਤਾ, ਮੈਂ ਆਪਣੇ ਹੱਥੀਂ ਕੰਪਲੇਨ ਲਿਖ ਕੇ ਦਿੱਤੀ ਸਰਾਭਾ ਨਗਰ ਥਾਣੇ 'ਚ, ਉੱਥੋਂ ਦੀ ਘੁੰਮ ਘੁੰਮਾ ਕੇ ਕੰਪਲੇਨ ਇੱਧਰ ਉੱਧਰ ਕਰ ਦਿੰਦੇ, ਫਿਰ ਕਦੀ ਕਹਿੰਦੇ ਕੰਪਲੇਨ ਨੰਬਰ ਹੈਗਾ ਤੁਹਾਡੇ ਕੋਲ, ਕੰਪਲੇਨ ਸਾਡੀ ਫਾੜ ਕੇ ਕਈ ਵਾਰ ਸੁੱਟ ਦਿੱਤੀ ਜਾਂਦੀ, ਜ਼ਿਆਦਾ ਅਸੀਂ ਪ੍ਰੈਸ਼ਰ ਨਹੀਂ ਪਾਉਂਦੇ ਪੁਲਿਸ 'ਤੇ, ਸਾਨੂੰ ਬਿਠਾ ਕੇ ਉਲਟਾ ਡਾਂਟੇ, ਤੇਰੀ ਮਾਂ ਦੇ ਡੰਡੇ ਪਵਾਉਣੇ, ਤੇਰੇ ਵੀ ਡੰਡੇ ਪਵਾਵਾਂਗੇ, ਸਰਾਭਾ ਨਗਰ ਦੀ ਪੁਲਿਸ ਦੇ ਅੰਦਰ ਬੈਠੇ ਉਹ ਕੋਈ ਮੁਨਸ਼ੀ ਜਾ, ਤੇਰੀ ਮਾਂ ਨੂੰ ਵੀ ਡੰਡੇ ਪਵਾਵਾਂਗੇ ਅਤੇ ਤੇਰੀ ਵੀ ਪਵਾਵਾਂ, ਜਦ ਮੇਰੇ ਹਸਬੈਂਡ ਨੂੰ ਅਰੈਸਟ ਕੀਤਾ ਸੀਗਾ ਤਾਂ ਅਸੀਂ ਦਿਖਾਇਆ ਸਰੇਆਮ, ਪੁਲਿਸ ਬੁਲਾ ਕੇ ਆ ਦੇਖ ਲਓ ਕਿੰਨਾ ਨਸ਼ਾ ਮੇਰੇ ਹਸਬੈਂਡ ਨੇ ਕੀਤਾ ਹੋਇਆ ਅਤੇ ਬਾਹਰ ਸਮਾਨ ਕਿੱਦਾਂ ਰੱਖਿਆ, ਇੰਨਾ ਇੰਨਾ ਸਾਨੂੰ ਡਰਾਵਾ ਪਾਉਂਦੇ, ਬੁਲਾ ਲੇਡੀ ਪੁਲਿਸ, ਇਹਨਾਂ ਦੋਨਾਂ ਮਾਮਾ ਦੇ ਡੰਡੇ ਪਾਓ, ਹੁਣ ਇਹਨਾਂ ਨੂੰ ਪਤਾ ਚੱਲੂਗਾ, ਫਿਰ ਅਸੀਂ ਉੱਥੋਂ ਦੀ ਬਾਹਰ ਆ ਜਾਣੇ ਨਿਕਲ ਕੇ ਡਰਦੇ ਮਾਰੇ, ਕੋਈ ਕਾਰਵਾਈ ਨਹੀਂ ਪੁਲਿਸ ਕਰਦੀ, ਕਹਿੰਦੇ ਵੂਮੈਨ ਸੈੱਲ ਚਲੇ ਜਾਓ, ਉੱਥੇ ਜਾ ਕੇ ਹੋਏਗਾ ਜੋ। ਮੈਂ 17 ਤਰੀਕ ਨੂੰ, ਉਸ ਤੋਂ ਬਾਅਦ ਇਹਨਾਂ ਨਾਨੇ ਜਦ ਮੇਰੇ ਨਾਲ ਇੱਦਾਂ ਕੀਤਾ, ਮੇਰੇ ਬੱਚੇ ਨਾਲ ਕੀਤਾ ਸੀਗਾ, ਉਸ ਤੋਂ ਮੈਂ ਜ਼ਹਿਰ ਖਾ ਲਿਆ ਸੀ, ਸੁਸਾਈਡ ਕਰ ਲਿਆ ਸੀ ਵੀ ਮੈਂ ਹੁਣ ਮਰਨਾ, ਮੈਂ ਜੀਣਾ ਨਹੀਂ ਹੈ, ਇੱਦਾਂ ਹੀ ਗੱਲ ਖਤਮ, ਕਹਾਣੀ ਸਾਰੀ ਕਰ ਦਿੰਦੀ ਹੈ। ਜਿੰਨ ਆਪਣੇ ਬੱਚੇ ਬਾਰੇ ਕਿਉਂ ਨਹੀਂ ਸੋਚਦੇ ਕਦਮ ਚੁੱਕਣ ਤੋਂ ਪਹਿਲਾਂ, ਜ਼ਿੰਦਗੀ ਦੀ ਇਹੀ ਕੀਮਤ ਹੈ? ਜੇ ਕੁਛ ਹੋਏਗਾ ਨਹੀਂ, ਕੋਈ ਹੈਲਪਰ ਨਹੀਂ ਸਾਡੇ ਨਾਲ ਖੜਦਾ, ਜੇ ਕਿਸੇ ਨੂੰ ਲੋਕਾਂ ਨੂੰ ਕਹਿੰਦੇ ਅਸੀਂ ਕੀ ਕਰੀਏ, ਜੋ ਹੁੰਦਾ ਹੋਵੇ ਤੁਹਾਡੇ ਨਾਲ, ਸਾਨੂੰ ਅੱਗੇ ਤੁਹਾਡੇ ਉਹਨਾਂ ਨੂੰ ਡਰ ਲੱਗਦਾ, ਤੁਹਾਨੂੰ ਜੇ ਅਸੀਂ ਹੈਲਪ ਕਰਦੇ ਤਾਂ ਸਾਨੂੰ ਉਹ ਕਹਿ ਕੇ ਕਹਿਣਗੇ।
ਪਰ ਇੱਦਾਂ ਦਾ ਤੁਸੀਂ ਕਾਇਰ ਸਾਬਿਤ ਹੋਵੋਗੇ, ਤੁਸੀਂ ਗਲਤ ਸਾਬਿਤ ਹੋਵੋਗੇ ਇੱਦਾਂ ਦਾ ਜੇ ਕੋਈ ਕਦਮ ਚੁੱਕੋਗੇ। ਬਿਲਕੁਲ ਵੀ ਅਜਿਹਾ ਜ਼ਹਿਨ 'ਚ ਨਹੀਂ ਆਉਣਾ ਚਾਹੀਦਾ ਤੁਹਾਡੇ। ਆਪਣੇ ਬੱਚੇ ਵੱਲ ਦੇਖੋ, 1 ਸਾਲ ਦਾ ਤੁਹਾਡਾ ਬੱਚਾ, ਆਪਣੀ ਮਾਂ ਵੱਲ ਦੇਖੋ ਜਿਹੜੀ ਇੰਨੇ ਸਾਲਾਂ ਤੋਂ ਤੁਹਾਡਾ ਸਾਥ ਦੇ ਰਹੀ, ਆਪਣੀ ਬੱਚੀ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਗਲਤ ਕੰਮਾਂ ਵਿੱਚ ਨਾ ਪੈ ਜਾਵੇ। ਉਹਨੂੰ ਇਹ ਦੁੱਖ ਦੇ ਕੇ ਜਾਣਾ ਤੁਸੀਂ? ਮਜਬੂਰ ਹੀ ਕਰ ਦਿੰਦੇ ਸਾਨੂੰ ਇੱਦਾਂ। ਜੋ ਵੀ ਹੋਇਆ ਤੁਹਾਡੇ ਨਾਲ, ਜਿਹੜੇ ਵੀ ਤੁਸੀਂ ਇਲਜ਼ਾਮ ਲਗਾ ਰਹੇ ਹੋ, ਬਹੁਤ ਬੁਰਾ ਹੋਇਆ। ਸਮਾਜ ਦੇ ਵਿੱਚ ਅਜਿਹੀਆਂ ਗੱਲਾਂ ਚੱਲ ਰਹੀਆਂ ਨੇ, ਧੀਆਂ ਦੇ ਨਾਲ ਅਜਿਹਾ ਵਿਵਹਾਰ, ਨੂੰਹਾਂ ਦੇ ਨਾਲ ਅਜਿਹਾ ਵਿਵਹਾਰ ਹੋ ਰਿਹਾ, ਬੜੀ ਸ਼ਰਮ ਦੀ ਗੱਲ ਹੈ। ਪਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਨਿਆਂ ਹਮੇਸ਼ਾ ਮਿਲਦਾ ਹੈ ਅੰਤ ਦੇ ਵਿੱਚ, ਚਾਹੇ ਦੇਰ ਜ਼ਰੂਰ ਲੱਗਦੀ ਹੈ, ਪਰ ਕੋਸ਼ਿਸ਼ ਜ਼ਰੂਰ ਜਾਰੀ ਰੱਖੋ। ਆਪਣੀ ਇਹ ਜੰਗ ਜਿਹੜੀ ਹੈ ਤੁਸੀਂ ਆਪ ਲੜਨੀ ਹੈ, ਆਪਣੇ ਬੱਚੇ ਨੂੰ ਲੈ ਕੇ, ਆਪਣੀ ਮਾਂ ਨੂੰ ਲੈ ਕੇ। ਤਾਂ ਕੋਈ ਵੀ ਅਜਿਹਾ ਕਦਮ ਨਾ ਚੁੱਕੋ, ਜ਼ਰੂਰ ਥੋੜ੍ਹੀ ਹਿੰਮਤ ਰੱਖੋ, ਜ਼ਰੂਰ ਤੁਹਾਨੂੰ ਨਿਆਂ ਜ਼ਰੂਰ ਮਿਲੇਗਾ। ਇਨਸਾਫ ਕਦੀ ਵੀ ਇੱਦਾਂ ਨਹੀਂ ਹੈ ਕਿ ਕਦੀ ਇਨਸਾਫ ਮਿਲਦਾ ਹੀ ਨਹੀਂ, ਪ੍ਰਸ਼ਾਸਨ ਇੰਨਾ ਵੀ ਗਲਤ ਨਹੀਂ ਹੈ। ਪਰ ਅੱਗੇ ਸੁਣਵਾਈ ਨਹੀਂ ਕੀਤੀ ਜਾਂਦੀ, ਜਿਹੜੀ ਅੱਗੇ ਥਾਣਿਆਂ 'ਚ ਮਾਰਕ ਕੀਤੀ ਜਾਂਦੀ ਕੰਪਲੇਨਾਂ, ਉੱਥੇ ਸਾਡੇ ਤੋਂ ਕੁਛ ਹੋਰ ਹੀ ਕਿਹਾ ਜਾਂਦਾ। ਹੁਣ ਅੱਜ ਮਿਲੇ ਉਹਨਾਂ ਨੂੰ ਆ ਕੇ ਅਸੀਂ, ਉਹ ਕਹਿੰਦੇ ਕਾਰਵਾਈ ਕਰ ਦਾਂਗੇ, ਪਰ ਉਹਨੇ ਸਾਰੀ ਗੱਲ ਨਹੀਂ ਸੁਣੀ ਕਿ ਜੋ ਬੁੰਮਲ ਸੈੱਲ ਵਾਲੇ ਮੈਡਮ ਨੇ ਸਾਨੂੰ ਕਹੀ ਹੈ ਵੀ ਅਸੀਂ ਨਾ 6 ਮਹੀਨੇ ਤੁਹਾਨੂੰ ਪੈਸੇ ਦਵਾ ਕੇ ਕੇਸ ਰਫਾ ਦਫਾ ਦੀ ਕਰ ਦੇਣਾ, ਇਹਨਾਂ 'ਤੇ ਹੋਰ ਅਸੀਂ ਕਾਰਵਾਈ ਨਹੀਂ ਕਰ ਸਕਦੇ, ਅਸੀਂ ਇੰਨੇ ਹੀ ਕਰ ਸਕਦੇ, ਪੈਸੇ ਦਾ ਸਾਨੂੰ ਲਾਲਚ ਦਿੱਤਾ ਗਿਆ। ਕੋਈ ਨਾ, ਤੁਸੀਂ ਹਿੰਮਤ ਰੱਖੋ, ਪ੍ਰਸ਼ਾਸਨ ਜ਼ਰੂਰ ਇੱਕ ਨਾ ਇੱਕ ਦਿਨ ਇਨਸਾਫ ਦਵਾਏਗਾ ਤੁਹਾਨੂੰ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਤੀਰਾ ਜਿਹੜਾ ਧੀਆਂ ਦੇ ਨਾਲ ਕੀਤਾ ਜਾਂਦਾ, ਨੂੰਹਾਂ ਦੇ ਨਾਲ ਕੀਤਾ ਜਾਂਦਾ, ਅਤੇ ਇਹ ਜਿਹੜਾ ਮਾਮਲਾ ਹੈ ਬੜਾ ਹੈਰਾਨ ਕਰ ਦੇਣ ਵਾਲਾ। ਇੱਕ ਪਿਤਾ ਅਤੇ ਇੱਕ ਦਾਦੀ ਚਾਹੁੰਦੀ ਹੈ ਕਿ ਘਰ ਦੀ ਧੀ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਏ, ਅਤੇ ਜਦੋਂ ਧੀ ਇਨਕਾਰ ਕਰ ਦਿੰਦੀ ਹੈ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਇੱਥੇ ਤੱਕ ਕਿ ਜਿਸ ਜਗ੍ਹਾ 'ਤੇ ਉਹ ਕਿਰਾਏ 'ਤੇ ਰਹਿ ਰਹੇ ਨੇ ਉੱਥੋਂ ਵੀ ਕਢਵਾ ਦਿੱਤਾ ਜਾਂਦਾ ਹੈ। ਕਿੰਨਾ ਕੁ ਔਖਾ ਹੈ ਇੱਕ ਧੀ ਨੂੰ ਖੁਸ਼ ਰੱਖਣਾ, ਕਿੰਨਾ ਕੁ ਔਖਾ ਇੱਕ ਖੁਸ਼ਹਾਲ ਪਰਿਵਾਰ ਵਸਾਉਣਾ। ਕਿਉਂ ਕਮੀ ਰਹਿ ਰਹੀ ਹੈ, ਕਿੱਥੇ ਕਮੀ ਰਹਿ ਰਹੀ ਹੈ, ਕਿਉਂ ਬਾਰ ਬਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਧੀਆਂ ਤੋਂ ਗਲਤ ਕੰਮ ਕਰਵਾਉਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ, ਜਿੱਥੇ ਨੂੰਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਜਿੱਥੇ ਵਿਆਹ ਤੋਂ ਬਾਅਦ ਵਿਵਹਾਰ ਬਦਲ ਜਾਂਦੇ ਨੇ, ਵਤੀਰੇ ਬਦਲ ਜਾਂਦੇ ਨੇ, ਜਾਂ ਫਿਰ ਵਿਆਹ ਤੋਂ ਬਾਅਦ ਗੱਲਾਂ ਬਦਲ ਜਾਂਦੀਆਂ ਨੇ, ਮਾਹੌਲ ਬਦਲ ਜਾਂਦਾ ਹੈ, ਕਿੰਨਾ ਕੁ ਔਖਾ ਇੱਕ ਖੁਸ਼ਹਾਲ ਪਰਿਵਾਰ ਵਸਾਉਣਾ। ਸਮਾਜ ਦਿਨ ਬ ਦਿਨ ਅਜਿਹੀਆਂ ਗੱਲਾਂ ਦੇ ਨਾਲ ਹੋਰ ਬਦਨਾਮ ਹੁੰਦਾ ਜਾ ਰਿਹਾ, ਇਨਸਾਨੀਅਤ ਹੋਰ ਸ਼ਰਮਸਾਰ ਹੁੰਦੀ ਜਾ ਰਹੀ ਹੈ। ਪ੍ਰਸ਼ਾਸਨ ਤੋਂ ਇਹੀ ਅਪੀਲ ਕਰਾਂਗੇ ਕਿ ਜਿਹੜੇ ਇਲਜ਼ਾਮ ਇਸ ਧੀ ਦੇ ਵੱਲੋਂ, ਇਸ ਕੁੜੀ ਦੇ ਵੱਲੋਂ ਲਗਾਏ ਗਏ ਨੇ, ਉਹਨਾਂ ਵੱਲ ਗੌਰ ਕੀਤਾ ਜਾਵੇ। ਅੱਜ ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਇਹਨਾਂ ਦੇ ਮਾਮਲੇ ਵੱਲ ਧਿਆਨ ਦਿੱਤਾ ਜਾਏਗਾ, ਕਾਰਵਾਈ ਕੀਤੀ ਜਾਏਗੀ। ਤਾਂ ਉਮੀਦ ਕਰਦੇ ਹਾਂ ਕਿ ਨਿਰਪੱਖਤਾ ਦੇ ਨਾਲ ਕਾਰਵਾਈ ਹੋਵੇ ਅਤੇ ਇਨਸਾਫ ਮਿਲੇ। ਜੋ ਗਲਤ ਹੈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਜੋ ਸਹੀ ਹੈ ਉਸ ਨਾਲ ਇਨਸਾਫ ਹੋਣਾ ਚਾਹੀਦਾ। ਕੈਮਰਾਮੈਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156805085 'ਤੇ।